ਭਾਗਾਂ ਵਾਲਾ ਦਿਨ ਹੈ ਵੀ ਅੱਜ ਆਪਾਂ 47 ਲੱਖ ਦੀ ਲਾਗਤ ਨਾਲ ਜਿਹੜੇ 8 ਮਸ਼ੀਨਾਂ ਆਪਣੇ ਟੈਂਪੂ ਨੇ ਇਹ ਕੂੜਾ ਇਕੱਠਾ ਕਰਨ ਲਈ ਸ਼ਹਿਰ ਦੀ ਜਿਹੜੀ ਕੂੜੀ ਦੀ ਸਮੱਸਿਆ ਇਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਹੱਲ ਹੋਊਗੀ ਕਿਉਂਕਿ ਬੜਾ ਅੱਜ ਕੱਲ੍ਹ ਮਸ਼ੀਨੀ ਯੁੱਗ ਹੈ ਅਤੇ ਮਸ਼ੀਨ ਜਦ ਤੱਕ ਮਸ਼ੀਨੀ ਆਪਾਂ ਚੀਜ਼ਾਂ ਨਹੀਂ ਵਿੱਚ ਲੈ ਕੇ ਆਉਂਦੇ ਤਾਂ ਆਪਣਾ ਜਿਹੜਾ ਸ਼ਹਿਰ ਨੂੰ ਚੰਗੇ ਸਲਿਊਸ਼ਨ ਨਹੀਂ ਮਿਲਦੇ ਤਾਂ ਇਹ ਆਪਾਂ ਗੱਲ ਕਰੀਏ ਕਿ ਮੈਕਨਾਈਜੇਸ਼ਨ ਅਸੀਂ ਲੈ ਕੇ ਆ ਰਹੇ ਹਾਂ ਇਹਦੇ ਵੱਲ ਆਪਣਾ ਮਿਊਂਸਪਲ ਕਾਊਂਸਲ ਦੀ ਵਰਕਿੰਗ। ਕਿੰਨੇ ਕੁ ਟੈਂਪੂ ਨੇ, ਕਿੰਨੇ ਕੁ ਦੀ ਲੱਖ ਦੀ ਲਾਗਤ ਨਾਲ? 47 ਲੱਖ ਰੁਪਏ ਦੀ ਲਾਗਤ ਹੈ ਜੀ, 8 ਟੈਂਪੂ ਨੇ। ਇਹਦੇ ਨਾਲ ਕਾਫੀ ਹੱਦ ਤੱਕ ਜਿਹੜੀ ਸ਼ਹਿਰ ਦੀ ਸਮੱਸਿਆ ਉਹ ਹੱਲ ਹੋ ਜੂ ਪੰਜਾਬ ਗਵਰਨਮੈਂਟ ਦਾ। ਨਹੀਂ ਨਹੀਂ ਜੀ, ਪੰਜਾਬ ਗਵਰਨਮੈਂਟ ਵੱਲੋਂ ਸਾਡੇ ਲਈ ਇੱਕ ਬਹੁਤ ਸਹਾਈ ਸਿੱਧ ਹੋਣਗੇ। ਉੱਥੇ ਸ਼ਹੀਦੀ ਜੋੜ ਮੇਲਾ ਰਿਹਾ, ਉਹਦੇ ਕਰਕੇ ਬਹੁਤ ਜ਼ਰੂਰੀ ਸੀ ਇਹ, ਤਾਂ ਕਿ ਜਿਹੜੀਆਂ ਛੋਟੀਆਂ ਗਲੀਆਂ ਹੈ ਜਿੱਥੇ ਟਰੈਕਟਰ ਟਰਾਲੀ ਨਹੀਂ ਜਾਂਦੀ ਹੈ, ਉੱਥੇ ਅੰਦਰ ਜਾਣ ਲਈ ਬਹੁਤ ਆਸਾਨੀ ਹੋਊਗੀ। ਅਤੇ ਇੱਕ ਇਕੱਲੇ ਇਕੱਲੇ ਵਾਰਡ ਲਈ, ਦੋ ਦੋ ਵਾਰਡ ਲਈ ਇੱਕ ਟੈਂਪੂ ਮੁਹੱਈਆ ਕਰਾਇਆ ਜਾਊਗਾ, ਤਾਂ ਕਿ ਸਫਾਈ ਦਾ ਪੂਰਾ ਪ੍ਰਬੰਧ ਹੋ ਜਾਵੇ। ਇਹਦਾ ਕੋਈ ਚਾਰਜ ਵਗੈਰਾ ਵੀ ਲੱਗਣਗੇ? ਫ੍ਰੀ ਕੋਸਟ ਹੈ ਜੀ? ਫਿਲਹਾਲ ਕੋਈ ਚਾਰਜ ਨਹੀਂ ਹੈ, ਅਤੇ ਵਕਤ ਮੁਤਾਬਕ ਜਦ ਹਾਲਾਤ ਹੋਣਗੇ।